ਤੇ ਡਰੱਗ ਦੇ ਮੁੱਦੇ ਉੱਤੇ ਕਿਉਂਕਿ ਬਹੁਤ ਅਹਿਮ ਮੁੱਦਾ ਤਾਂ ਡਰੱਗ ਦੇ ਮੁੱਦੇ ਨੂੰ ਲੈ ਕੇ ਬਾਈ ਕਹਿੰਦੇ ਨਸ਼ਾ ਮੁਕਤ ਕਰਨ ਦੇ ਲਈ ਹੁਣ ਖਾਕਾ ਤਿਆਰ ਆ ਤੇ ਤੁਸੀਂ ਵੀ ਜਰਾ ਦੱਸ ਦਿਓ ਆਪਣੇ ਪਿੰਡਾਂ ਸ਼ਹਿਰਾਂ ਦਾ ਹਾਲ ਕੀ ਆ ਤੇ ਉਧਰੋਂ ਮਿੰਟੂ ਜੀ ਤੋਂ ਪੁੱਛਦਾ ਕਿ ਬਾਈ ਇਹ ਹੁਣ ਕਿਸ ਤਰ੍ਹਾਂ ਚੱਲੇਗਾ ਅੱਗੇ ਤੇ ਇਹਦੇ ਨਾਲ ਕੀ ਵਾਕਿਆ ਕੁਝ ਫਰਕ ਪਾਏਗਾ ਜਾਂ ਕਿਸ ਤਰ੍ਹਾਂ ਦੇ ਰਹੇਗਾ ਦੀ ਆਉਟਪੁੱਟ ਕੀ ਨਿਕਲੇਗੀ ਮਿੰਟੂ ਜੀ ਕਹਿੰਦੇ ਤਿਆਰ ਆ ਜੀ ਹੁਣ ਖਾਕਾ ਫਿਰ ਕਹਿੰਦੇ ਕਿ ਬਾਈ ਦੇਖੋ ਜਿਸ ਦਿਨ ਰਾਜਪਾਲ ਸਾਹਿਬ ਕਹਿ ਲੋ ਕਿ ਉਹ ਪੱਤਰਬੰਬ ਸੁੱਟਦੇ ਆ ਤੇ ਬੜਾ ਰੌਲਾ ਪੈਂਦਾ ਆ ਤੇ ਅਗਲੇ ਦਿਨ ਮੈਂ ਕਿਹਾ ਵੀ ਚਲੋ ਆਫ ਡੇ ਸੀਗਾ ਕਿ ਦੇਖੀਏ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਤੇ ਮੈਂ ਡਾਕਟਰ ਬਲਬੀਰ ਸਿੰਘ ਉਹ ਨਾਲ ਗੱਲ ਕੀਤੀ ਉਸ ਟਾਈਮ ਇਹ ਜਾ ਰਹੇ ਸੀਗੇ ਜੀ ਐਸੇ ਸਮਾਗਮ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਕਿ ਅਸੀਂ ਜਾ ਰਹੇ ਹਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਹੁਣ ਮੈਂ ਕਾਦੇ ਕਰਕੇ ਫੋਨ ਕੀਤਾ ਸੀ ਉਹ ਤੁਹਾਨੂੰ ਮੈਂ ਬਾਅਦ 'ਚ ਦੱਸਦਾ ਜੀ ਤਾਂ ਉਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਉੱਥੇ ਨੀਤੀਗਤ ਫੈਸਲਾ ਉਹ ਇਹ ਹੋਇਆ ਕਿ ਇੱਕ ਤਾਂ ਜਿਹੜਾ ਰਜਿੰਦਰਾ ਹਸਪੀਟਲ ਦਾ ਹੈਗਾ ਨਸ਼ਾ ਮੁਕਤੀ ਕੇਂਦਰ ਕਿ ਉਹਨੂੰ ਪੂਰੇ ਭਾਰਤ ਸੌਰੀ ਪੂਰੇ ਪੰਜਾਬ ਵਾਸਤੇ ਇੱਕ ਕੇਂਦਰ ਵਜੋਂ ਵਿਕਸਿਤ ਕਰਕੇ ਤੇ ਚਲਾਇਆ ਜਾਏਗਾ ਜੀ ਕਿ ਉੱਥੋਂ ਮੋਨੀਟਰਿੰਗ ਵਗੈਰਾ ਜਿਹੜੀਆਂ ਚੀਜ਼ਾਂ ਦੀ ਉਹ ਹੋਏਗੀ ਦੂਜਾ ਫੈਸਲਾ ਇਹਨਾਂ ਨੇ ਇਹ ਕੀਤਾ ਕਿ ਸੈਂਪਲ ਸਰਵੇ ਜਿਹੜੇ ਉਹ ਹੋਣਗੇ ਜੀ ਸੈਂਪਲ ਸਰਵੇ ਤੁਸੀਂ ਸਮਝਦੇ ਹੋ ਨਾ ਜੀ ਕਿ ਜਾ ਕੇ ਕੋਈ ਸਟੂਡੈਂਟ ਕੋਈ ਨੌਜਵਾਨ ਆ ਤਾਂ ਉਹਨਾਂ ਤੋਂ ਜਾ ਕੇ ਪੁੱਛਿਆ ਗਿਛਿਆ ਜਾਏਗਾ ਤੇ ਨਾਮ ਜਿਹੜੇ ਆ ਉਹ ਗੁਪਤ ਰੱਖੇ ਜਾਣਗੇ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਜਾਣਗੇ ਪਰ ਉਹਦੇ ਨਾਲ ਇੱਕ ਅੱਛੀ ਖਾਸੀ ਸਟੱਡੀ ਜਿਹੜੀ ਹੈ ਉਹ ਇਹਨਾਂ ਦੇ ਕੋਲ ਆ ਜਾਏਗੀ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਜਿਹੜੇ ਇੰਜੈਕਟ ਕਰਨ ਵਾਲੇ ਆ ਮਤਲਬ ਕਿ ਚਿੱਟੇ ਦਾ ਟੀਕਾ ਲਾਉਂਦੇ ਨੇ ਜਿਹੜੇ ਉਹਨਾਂ ਨੂੰ ਅਸੀਂ ਗੋਲੀਆਂ ਵਾਲੇ ਪਾਸੇ ਲੈ ਆਵਾਂਗੇ ਮਤਲਬ ਕਿ ਉਹ ਹੀ ਜੀ ਬੇਠਾ ਜਿਹੜੀ ਗੋਲੀ ਜਿਹੜੀ ਰੱਖਦੇ ਨੇ ਜੀ ਇਸ ਤਰ੍ਹਾਂ ਇਹਨਾਂ ਨੇ ਮਤਲਬ ਕਿ ਮੋਟਾ-ਮੋਟਾ ਜਨਾ ਸਾਰਾ ਕਿਤਾਬ ਮੀਡੀਆ ਰਹੀ ਸਾਡੇ ਤੱਕ ਪਹੁੰਚਦਾ ਕਰ ਦਿੱਤਾ ਜੀ ਹੁਣ ਜਿੱਥੋਂ ਤੱਕ ਗੱਲ ਆ ਨਾ ਕਿ ਇਹ ਸਾਰਾ ਕੁਝ ਉਲੀਕਿਆ ਇਹਨਾਂ ਨੇ ਤੇ ਮੇਰਾ ਮੰਨਣਾ ਹੈ ਕਿ ਚਲੋ ਠੀਕ ਹੈ ਇਹ ਸਾਰਾ ਕੁਝ ਜਦੋਂ ਲਾਗੂ ਹੋਏਗਾ ਫਿਰ ਆਪਾਂ ਨੂੰ ਪਤਾ ਲੱਗੇਗਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਡਾਕਟਰ ਬਲਬੀਰ ਸਿੰਘ ਨਸ਼ੇ ਦੇ ਮੁੱਦੇ ਤੇ ਐਕਸ਼ਨ ਉਲੀਕ ਦੇ ਵੀ ਪਏ ਨੇ ਸਾਰਾ ਕੁਝ ਜਿਹੜਾ ਉਹ ਲੋਕਾਂ 'ਚ ਰੱਖ ਵੀ ਰਹੇ ਨੇ ਦੱਸ ਵੀ ਰਹੇ ਨੇ ਇੱਕ ਗੱਲ ਮੇਰੇ ਵਾਸਤੇ ਬੜੀ ਕਹਿ ਲੋ ਕਿ ਸਮਝੋ ਬਾਹਰ ਵਾਲੀ ਆ ਕਿ ਇਹਨਾਂ ਨੂੰ ਰਾਜਪਾਲ ਨੂੰ ਜਵਾਬ ਜਿਹੜਾ ਸੀ ਉਹ ਦੇਣਾ ਚਾਹੀਦਾ ਸੀਗਾ ਨਸ਼ੇ ਦੇ ਮੁੱਦੇ ਤੇ ਕਿਉਂਕਿ ਰਾਜਪਾਲ ਨੇ ਬਹੁਤ ਵੱਡਾ ਸਵਾਲ ਚੁੱਕਿਆ ਕਿ ਨਸ਼ੇ ਦੇ ਮੁੱਦੇ ਤੇ ਮੈਨੂੰ ਜਵਾਬ ਚਾਹੀਦਾ ਜੀ ਹੁਣ ਪੀਸੀ ਕੀਤੀ ਆ ਮਾਨ ਸਾਹਿਬ ਨੇ ਮਾਨ ਸਾਹਿਬ ਨੇ ਜਿਹੜੀ ਪੀਸੀ ਕੀਤੀ ਆ ਚੱਕ ਕੇ ਪੰਜਾਬ ਪੁਲਿਸ ਵਾਲਿਆਂ ਜਿਹੜਾ ਰੁਕਾ ਫੜਾਇਆ ਉਹ ਪੜ ਦਿੱਤਾ ਕਿ ਇੰਨੇ ਬੰਦੇ ਫੜ ਲਿਆ ਜੀ ਅਸੀਂ ਆ ਕਰ ਦਿੱਤਾ ਸੀ ਆ ਕਰ ਦਿੱਤਾ ਹੁਣ ਜੋ ਚਿੱਠੀ ਦੇ ਵਿੱਚ ਉਹਨਾਂ ਨੇ ਡਰਗ ਤੇ ਗੱਲ ਕਰਦੇ ਆ ਇਹ ਅੰਕੜਾ ਪੇਸ਼ ਕਰ ਦਿੱਤਾ ਕਿ ਹਰੇਕ ਪੰਜਵਾਂ ਪੰਜਾਬੀ ਇਸ ਵੇਲੇ ਨਸ਼ੇੜੀ ਆ ਜਿਹੜੀ ਕਿ ਸੰਸਦੀ ਕਮੇਟੀ ਮੋਹਰ ਲਾਉਂਦੀ ਐ ਇਸ ਗੱਲ ਤੇ ਤਾਂ ਭਾਵੇਂ ਤਕਰੀਬਨ 65-68 ਲੱਖ ਦਾ ਇਹਨਾਂ ਨੇ ਅੰਕੜਾ ਕੱਢ ਕੇ ਰੱਖ ਦਿੱਤਾ ਪੰਜਾਬ ਚ ਜੀ ਮੈਨੂੰ ਸਮਝ ਨਹੀਂ ਆਈ ਮੈਂ ਫਿਰ ਇਹਨਾਂ ਨੂੰ ਜਿਹੜਾ ਫੋਨ ਕੀਤਾ ਸੀ ਉਹ ਇਸੇ ਕਰਕੇ ਕੀਤਾ ਸੀ ਕਿਉਂਕਿ ਮੈਨੂੰ ਯਾਦ ਸੀ ਕਿ ਇਹਨਾਂ ਨੇ 22 ਮਾਰਚ 2023 ਨੂੰ ਖੁਦ ਪੰਜਾਬ ਦੀ ਅਸੈਂਬਲੀ 'ਚ ਇਹ ਅੰਕੜਾ ਰੱਖਿਆ ਸੀਗਾ ਕਿ ਸਾਡੇ ਇੱਥੋਂ ਦੇ ਐਡਿਕਟਡ ਜਿਹੜੇ ਹੈਗੇ ਨੇ ਉਹਨਾਂ ਦੀ ਤਾਦਾਦ 10 ਲੱਖ ਦੇ ਕਰੀਬ ਹੈ ਹਾਂਜੀ ਮਤਲਬ ਕਿ ਰਾਜਪਾਲ ਨੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਸਿਹਤ ਮੰਤਰੀ ਦੇ ਅੰਕੜੇ ਨੂੰ ਰੱਦ ਕਰ ਦਿੱਤਾ ਖਰੀਨਾਂ ਦਾ ਜਵਾਬ ਦੇਣਾ ਬਣਦਾ ਸੀ ਕਿ ਨਹੀਂ ਬਿਲਕੁਲ ਬਣਦਾ ਸੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਤੇ 10 ਲੱਖ ਆਖਿਆ ਕਿ ਤੁਸੀਂ ਝੂਠ ਬੋਲਦੇ ਹੋ ਇਹਨਾਂ ਨੇ ਕੋਈ ਜਵਾਬ ਇਹ ਦਿੱਤਾ ਮੈਨੂੰ ਕਿ ਸਭ ਗੱਲ ਇਹ ਆ ਕਿ ਭਾਈ ਇਹ ਜਿਹੜੀ ਰਿਪੋਰਟ ਆ ਇਹਦੇ ਵਿੱਚ ਇਹਨਾਂ ਨੇ ਅਲਕੋਹਲਿਕ ਵੀ ਪਾ ਲੇ ਅਚਰਸੀਏ ਚੁਰਸੀਏ ਜਿਹੜੇ ਹੁੰਦੇ ਉਹ ਵੀ ਪਾ ਲੇ ਸਾਰੇ ਤੇ ਟੋਟਲ ਬਣਾ ਦਿੱਤਾ ਮੋਟਾ ਜਿਹਾ ਕਿ 68 ਲੱਖ ਤੁਸੀਂ ਵੀ ਮਤਲਬ ਸਹਿਮਤ ਉਹ ਵੀ ਹੋਗੇ ਸਹਿਮਤ ਕਿਤਨੇ ਕਿਤੇ ਇਹਦਾ ਮਤਲਬ ਤੇ ਇਹੋ ਬਣਦਾ ਨਾ ਫਿਰ ਨਹੀਂ ਉਹ ਉਹਦੇ ਵਿੱਚ ਨਹੀਂ ਨਹੀਂ ਦੇਖੋ ਫਿਰ ਇਹ ਇਹ ਹੁਣ ਲੰਮੀ ਚੌੜੀ ਗੱਲ ਹੈ ਹਾਂਜੀ ਨਸ਼ੇੜੀ ਕਿਸ ਨੂੰ ਮੰਨਿਆ ਜਾਏਗਾ ਸਤੋ ਨਸ਼ੇ ਦੀ ਦੁਨੀਆ ਚ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਯੂਜ਼ਰ ਇੱਕ ਹੁੰਦਾ ਡਿਪੈਂਡੈਂਟ ਹੁਣ ਜੇ ਯੂਜ਼ਰ ਦੇ لحاظ ਨਾਲ ਦੇਖੋਗੇ ਤਾਂ ਹਰੇਕ ਪੰਜਾਬੀ ਨੇ 10% ਨੂੰ ਘਟਦੂ ਮੋٹے ਤੌਰ ਤੇ ਹਰੇਕ ਪੰਜਾਬੀ ਨੇ ਕਿਤੇ ਨਾ ਕਿਤੇ ਸ਼ਰਾਬ ਜਾਂ ਫੀਨ ਇਸਤੇਮਾਲ ਕੀਤੀ ਹੁੰਦੀ ਹੈ ਨਹੀਂ ਕੀਤੀ ਹੁੰਦੀ ਤਾਂ ਦੱਸ ਦਿਓ ਦੱਸ ਦਾ ਚਲੋ 20 ਕੱਢ ਲਓ 20 ਮੋਟਾ ਕੱਢ ਲਓ 20 ਫੀਸਦ ਪੰਜਾਬੀਆਂ ਨੂੰ ਕੱਢ ਦਿਓ ਸਾਈਡ ਤੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੋਈ ਚੀਜ਼ ਲਈ ਹੋਈ ਨਹੀਂ ਪਰ ਦੂਜਿਆਂ ਨੇ ਟੇਸਟ ਦੇਖਿਆ ਕਿਸੇ ਨੂੰ ਕਦੇ ਕੋਈ ਫਰੀ ਮਿਲ ਗਿਆ ਫਿਰ ਫਿਰ ਉਹ ਅੰਕੜਾ ਪਾ ਦਿਓ ਭਾਵੇਂ ਵਿੱਚ ਇਹੀ ਤੇ ਮੈਂ ਕੱਲ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀਗੀ ਜੀ ਕਿ ਭਾਈ ਇਦਾਂ ਤਾਂ ਫਿਰ ਇਸ ਹਿਸਾਬ ਨਾਲ ਤੇ ਉੱਤਰ ਪ੍ਰਦੇਸ਼ ਦਾ ਅੰਕੜਾ ਬਣਦਾ 5 ਕਰੋੜ 67 ਲੱਖ ਦਾ ਜੀ ਤੇ ਉੱਥੇ ਤਾਂ ਫਿਰ ਵੱਡਾ ਮਿਸ਼ਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਹਿਸਾਬ ਨਾਲ ਇੰਡੀਆ ਦਾ ਅੰਕੜਾ ਪਤਾ ਕਿੰਨਾ ਬਣਦਾ ਜੀ ਅਮਰੀਕਾ ਦੀ ਵੱਸੋਂ ਤੋਂ ਵੀ ਜ਼ਿਆਦਾ 37 ਕਰੋੜ ਵਿੱਚ ਐਲਕੋਹੋਲਿਕ ਵੀ ਪਾ ਲੋਗੇ ਜੇ 37 ਕਰੋੜ ਅਮਰੀਕਾ ਦੀ ਆਬਾਦੀ ਤੋਂ ਜ਼ਿਆਦਾ ਅੰਕੜਾ ਹੈ ਜੀ ਫਿਰ ਤੇਦਾ ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨਣੀ ਚਾਹੀਦੀ ਹੈ ਫਿਰ ਰਾਜਪਾਲ ਸਾਡੇ ਪੰਜਾਬ ਮਗਰ ਕਦੋਂ ਪੈ ਫਿਰਦੇ ਨੇ ਗੱਲ ਠੀਕ ਹੈ ਤਾਂ 37 ਕਰੋੜ ਅੰਕੜਾ ਨਿਕਲਦਾ ਇਹ ਓਵਰਆਲ ਤਾਂ ਫਿਰ ਤਾਂ ਪੂਰੇ ਮੁਲਕ ਦੇ ਵਿੱਚ ਹੰਗਾਮੀ ਹਾਲਤ ਹੋਣੀ ਚਾਹੀਦੀ ਆ ਇਸ ਕਰਕੇ ਜਿਹੜਾ ਤੁਸੀਂ ਉਹ ਅੰਕੜੇ ਦੀ ਗੱਲ ਅੰਕੜੇ ਮੈਂ ਤਾਂ ਮੈਂ ਰਾਤਾ ਪੂਰਾ ਵਾ ਇਹਨਾਂ ਇਹਨਾਂ ਚੀਜ਼ਾਂ ਤੇ ਨਾਲ 14 'ਚ ਜਦੋਂ ਇਲੈਕਸ਼ਨ ਆ ਰਹੇ ਅਕਾਲੀ ਉਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਤਾਂ ਯਾਰ ਦਿਨ ਪੁੱਠੇ ਆ ਗਏ ਤਦ ਪਹਿਲੀ ਵਾਰੀ ਇਹ ਪਾਲਿਸੀ ਲੈ ਕੇ ਆਏ ਫੇਰ 18 ਚਾਹੁੰਦੀ ਹੈ ਤਰਮੀਮਾਂ ਵਿੱਚ ਹੈਗੀਆਂ ਨੇ ਹੁਣ ਤੁਸੀਂ ਮਜ਼ੇਦਾਰ ਗੱਲ ਵੇਖੋ ਕਿ ਜਦੋਂ ਸ਼ੁਰੂ ਚ ਆ ਇਹ ਚੱਲੇ ਸੀਗੇ ਆ ਓਟਸ ਵਗੈਰਾ ਜੋ ਵੀ ਹੈ ਜੀ ਨਾਮ ਬਦਲਦੇ ਰਹੇ ਹੁਣ ਤਾਂ ਪਤਾ ਨਹੀਂ ਮੈਨੂੰ ਇਹ ਜਦੋਂ ਇਹਨਾਂ ਨੇ ਕੇਂਦਰ ਸ਼ੁਰੂ ਕੀਤੇ ਤੇ ਉਦੋਂ ਕੀ ਸੀਗਾ ਮਾਨ ਸਾਹਿਬ ਉਸ ਟਾਈਮ ਕੀ ਸੀਗਾ ਕਿ ਕੋਈ ਬੰਦਾ ਜਾਂਦਾ ਫੋਨ ਨੰਬਰ ਲਿਖਾਉਂਦਾ ਤੇ ਉਥੇ ਰਜਿਸਟ੍ਰੇਸ਼ਨ ਅਸਲ ਕਰ ਲੈਂਦਾ ਸੀ ਜੀ ਤੇ ਕਈ ਜਿਹੜੇ ਪੱਟੂ ਸੀ ਉਹਨਾਂ ਨੂੰ ਤਾਂ ਪੰਜ-ਪੰਜ ਦਿੱਤੇ ਨੰਬਰ ਉੱਤੇ ਬੰਦੇ ਖੜੇ ਕਰ ਲੈਣੇ ਨੇ ਮੌਕੇ ਤੇ ਫੋਨ ਅੱਛਾ ਫੋਨ ਨੰਬਰ ਡਾਇਲ ਕਰਕੇ ਵੀ ਵੈਰੀਫਾਈ ਨਹੀਂ ਕੀਤਾ ਗਿਆ ਉਸ ਟਾਈਮ ਤਾਂ ਇਸ ਤਰ੍ਹਾਂ ਤਾਂ ਫਿਰ ਕਿਉਂਕਿ ਇਹ ਅੰਕੜਾ ਏਮਜ਼ ਵਾਲਿਆਂ ਨੇ ਚੱਕ ਲਿਆ ਪੀਜੀਆਈ ਵਾਲਿਆਂ ਨੇ ਚੱਕ ਲਿਆ ਕਿੰਨਿਆਂ ਦਾ ਲਾਜ ਹੋ ਰਿਹਾ ਜੀ ਇਹਨਾਂ ਦਾ ਤੇ ਉਹਦੇ ਵਿੱਚ ਤੇ ਉਹ ਵੀ ਆ ਗਏ ਨਾ ਜਿਹੜੇ ਪੰਜ ਗੋਲੀਆਂ ਦਾ जुगाੜ ਕਰਨ ਵਾਸਤੇ ਇੱਕ ਜਣੇ ਪੰਜ ਬਣਿਆ ਪਿਆ ਕਿਉਂਕਿ ਅਗਾਹ ਜਾ ਕੇ ਜਦੋਂ ਇਹਨਾਂ ਨੇ ਆਧਾਰ ਕਾਰਡ ਨਾਲ ਲਿੰਕ ਕੀਤੀ ਰਜਿਸਟ੍ਰੇਸ਼ਨ ਪਰ ਉਹ ਜਿਹੜਾ ਕਹਿ ਲੋ ਕਿ ਅੰਕੜਾ ਉਹ ਅਪਡੇਟ ਨਹੀਂ ਕੀਤਾ ਜਾਂ ਤਾਂ ਉਸ ਨੂੰ ਅਪਡੇਟ ਕਰ ਦਿਓ ਨਾ ਸਾਰੇ ਵੈਰੀਫਾਈ ਕਰਕੇ ਪਿਛਲੇ ਜਿਹੜੇ ਚੱਕੋ ਫਿਰ ਪਤਾ ਲੱਗੇ ਸੋ ਇਹ ਝੋਲਮੋਲ ਹੈ ਇਹ ਝੋਲਮੋਲ ਹੈ ਜਿਹੜੀ ਤੁਸੀਂ ਅੰਕੜੇ ਬੜੀ ਪਤੇ ਦੀ ਗੱਲ ਕਹੀ ਤੇ ਉਹ ਉੱਥੇ ਤੇ ਫਿਰ ਸਗੋ ਇਹਨਾਂ ਦਾ ਜਵਾਬ ਇਹ ਬਣਦਾ ਅੱਛਾ ਪੀਜੀਆਈ ਐਮਆਰ ਦੀ ਰਿਪੋਰਟ ਮੇਰੇ ਕੋਲ ਹੈ ਉਹ 31 ਲੱਖ ਦੱਸਤੇ ਨੇ ਹਾਂਜੀ ਡਾਕਟਰ ਅਨਿਰuddh ਕਾਲਾ ਮੇਰੇ ਕੋਲ ਬੁੱਕ ਪਈ ਇਹਨਾਂ ਦੀ ਜਿਹੜੇ ਕਿ ਜਿੱਥੋਂ ਇਹ ਆਂਕੜਾ ਚੱਕਦੇ ਆ ਉਹ ਕਿਹੜਾ ਨੈਸ਼ਨਲ ਡਰੱਗ ਡਿਪੈਂਡੈਂਸ ਕੁਛ ਇਸ ਤਰ੍ਹਾਂ ਦਾ ਡੀ 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 ਟੀ ਸੀ ਕੁਛ ਇਸ ਤਰ੍ਹਾਂ ਦਾ ਉਹ ਫੁੱਲ ਫਾਰਮ ਬਣ ਜਾਂਦੀ ਹੈ ਉਹਦੇ ਜਿਹੜੇ ਹੈੱਡ ਨੇ ਉਹ ਅਨੁਰਧ ਕਾਲਾ ਜੀ ਉਹ ਪੰਜਾਬ ਨੂੰ ਸਿਰਫ ਵੱਸੋਂ ਦੇ ਲਿਹਾਜ਼ ਨਾਲ 2.8% ਤੇ ਰੱਖਦੇ ਆ ਇਹ ਕਿੰਨਾ ਇਹ 3 ਕਰੋੜ ਚੋਂ 66 ਲੱਖ ਇਹ ਪਰਸੈਂਟੇਜ ਬਣਾ ਲਓ ਕਿੰਨੀ ਬਣ ਗਈ ਇਧਰ ਗਾਂ ਦੀ ਗਾਂ ਹੀ ਸੂਈ ਛਲ ਗਈ ਤੇ ਉਹ ਇੰਜੈਕਟ ਕਰਨ ਵਾਲਿਆਂ ਦੀ ਵੀ ਗਿਣਤੀ ਰੱਖਦੇ ਤੇ ਸਾਡੇ ਨਾਲੋਂ ਉੱਤੇ ਉਹ ਕਈ ਸਟੇਟਾਂ ਨੂੰ ਰੱਖਦੇ ਆ ਜਿਨ੍ਹਾਂ ਦੀ 205 6 ਫੀਸਦੀ ਤੱਕ ਵੀ ਜੜੀ ਹੈ ਨਾ ਉਹ ਪੀੜਤ ਹੈ ਮੈਂ ਨਹੀਂ ਕਹਿ ਰਿਹਾ ਕਿ ਸਮੱਸਿਆ ਨਹੀਂ ਹੈਗੀ ਸਮੱਸਿਆ ਆਲੋਵਰ ਹੈ ਸਮੱਸਿਆ ਸਾਰੇ ਪਾਸੇ ਕਿਤੇ ਕਿਸੇ ਨਸ਼ੇ ਦਾ ਜ਼ੋਰ ਹੈ ਕਿਤੇ ਕਿਸੇ ਨਸ਼ੇ ਦਾ ਸਾਡੀ ਮਾੜੀ ਕਿਸਮਤ ਹੈ ਕਿ ਸਾਡੇ ਚਿੱਟੇ ਦਾ ਜ਼ੋਰ ਹੈ ਜਿਹੜਾ ਕਿ ਬੜਾ ਖਤਰਨਾਕ ਹੈ ਜੀ ਸੋ ਇਸ ਕਰਕੇ ਇਹ ਇਹ ਤੇ ਹੁਣ ਸਭੋ ਜਵਾਬ ਦੇਣਾ ਹੀ ਇਹਨਾਂ ਕੋਲ ਬੜਾ ਸੌਖਾ ਸੀ ਡਾਕਟਰ ਬਲਬੀਰ ਸਿੰਘ ਉਹਨਾਂ ਕੋਲ ਇਹ ਕਹਿੰਦਾ ਕਿ ਕੀ ਤੁਸੀਂ ਸਾਡੇ ਅਸੈਂਬਲੀ ਦਾ ਅੰਕੜਾ ਮੰਨਦੇ ਹੋ ਜਾਂ ਤੁਸੀਂ ਪੰਜਾਬ ਦੀ ਅਸੈਂਬਲੀ ਦਾ ਅੰਕੜਾ ਨਹੀਂ ਮੰਨਦੇ ਰਾਜਪਾਲ ਲੋਥੇ ਕੀ ਜਵਾਬ ਦੇਣਗੇ ਪਰ ਗੱਲ ਇਹ ਵੀ ਬੋਲੀ ਕੱਕ ਨਹੀਂ ਜਵਾਬ ਨਹੀਂ ਦੇ ਬੋਲਣ ਦਾ ਢੰਗ ਹੀ ਨਹੀਂ ਹੈਗਾ ਗੱਲ ਦਲੀਲ ਨਾਲ ਹੁੰਦੀ ਹੈ ਤੇ ਦਲੀਲ ਹਮੇਸ਼ਾ ਸਟੱਡੀ ਚੋਂ ਨਿਕਲਦੀ ਹੁੰਦੀ ਹੈ ਮਾਨ ਸਾਹਿਬ ਬਿਲਕੁਲ ਤੁਹਾਡੇ ਕੋਲ ਅਧਿਆਨ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਇਹਨਾਂ ਚੀਜ਼ਾਂ ਦੇ ਤਜਰਬੇ ਹੋਣੇ ਚਾਹੀਦੇ ਨੇ ਪਰ ਮੈਨੂੰ ਡਾਕਟਰ ਬਲਬੀਰ ਸਿੰਘ ਹਰਾਂ ਦੀ ਹੈਰਾਨੀ ਹੋਈ ਕਿ ਉਹ ਤੇ بڑے ਹੰਡੇ ਹੋਏ ਡਾਕਟਰ ਨੇ ਹੰਡੇ ਹੋਏ ਖਡਾਰੀ ਨੇ ਅੰਕੜੇ ਉਹਨਾਂ ਦੇ ਕੋਲ ਸੀਗੇ ਜਾਂ ਤਾਂ ਫਿਰ ਸੀਐਮ ਸਾਹਿਬ ਨੇ ਕਿਹਾ ਵੀ ਤੁਸੀਂ ਹਟ ਜਾਓ ਹਟ ਜਾਓ ਪਾਸੇ ਹਟ ਜਾ ਮੈਂ ਬੋਲੂਗਾ ਮੈਂ ਜਵਾਬ ਦਿਆਂਗਾ ਤੋ ਕਲੇਪੋਲ ਸਲਗੀਆਂ ਰਿਕਵਰੀ ਅੱਛਾ ਹੋਰ ਛੱਡੋ ਰਾਜਪਾਲ ਨੂੰ ਇੱਕ ਗੱਲ ਕਹੋ ਕਿ ਸਰ ਇਹ ਜਿਹੜੀ ਸੰਸਦੀ ਕਮੇਟੀ ਚ ਅੰਕੜਾ ਆਇਆ ਹੈ ਇਹ ਕਿੱਥੋਂ ਲਿਆ ਇਹਨਾਂ ਨੇ ਮੜਾ ਜਾਓ ਵੀ ਪੁੱਛ ਲੋ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੱਥੋਂ ਲਿਆ ਤੇ ਕਿਵੇਂ ਲਿਆ ਅੱਛਾ ਹੁਣ ਰਾਜਪਾਲ ਸਾਹਿਬ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਉਧਰ ਤਾਂ ਕਹਿੰਦੇ ਕਿ ਹਾਂ ਅਸੀਂ ਹੀ ਚਾਂਸਲਰ ਹੈ ਤਾਂ ਫਿਰ ਤੁਸੀਂ ਯੂਨੀਵਰਸਿਟੀਆਂ ਤੋਂ ਇੱਥੇ ਹੁਣ ਤੱਕ ਸਰਵੇ ਕਰਾ ਲੈਂਦੇ ਜੇ ਤੁਹਾਨੂੰ ਸਮੱਸਿਆ ਏ ਢੀ ਵੱਡੀ ਲੱਗਦੀ ਹੈ ਤੇ ਗੱਲ ਹੀ ਖਤਮ ਹੋ ਜਾਂਦੀ ਨਹੀਂ ਤੁਹਾਡੇ ਕੋਲ ਆਪਣਾ ਖੜਾ ਜਾਂਦਾ ਨਾਲੇ ਮਾਨ ਸਾਹਿਬ ਦੀ ਮੰਨਤਾ ਕਰਨ ਦੀ ਲੋੜ ਨਹੀਂ ਲੋੜ ਹੀ ਨਹੀਂ ਸੀ ਜਵਾਬ ਵੀ ਤੁਹਾਨੂੰ ਮਿਲ ਜਾਣਾ ਸੀ ਤੇ ਉਹੀ ਅੰਕੜਾ ਅੱਗੇਗਾ ਨੀਤੀਗਤ ਫੈਸਲੇ ਦੇ ਵਿੱਚ ਆ ਹੁਣ ਕੰਮ ਹੋਣਾ ਸੀਗਾ ਹੁਣ ਇਹਨਾਂ ਨੂੰ ਸੈਂਪਲ ਸਰਵੇ ਫੇਅਰ ਕਰਨਾ ਪਏਗਾ ਨਹੀਂ ਗੱਲ ਤੁਹਾਡੀ ਠੀਕ ਹੈ ਕਿੱਥੇ ਤਾਂ 2% ਕਹਿੰਦਾ ਤੁਸੀਂ ਕਹਿ ਰਹੇ ਸੀਗਾ ਕਿੱਥੇ ਹੁਣ ਇਹ ਜਿਹੜਾ ਰਾਜਪਾਲ ਸਾਹਿਬ ਆ ਜਿਸ ਹਿਸਾਬ ਨਾਲ ਤਾਂ 22% ਬਣ ਗਿਆ ਵੀ ਪੰਜਾਬੀ 22% ਦੀ ਪੰਜਾਬੀ ਬਣ ਗਈ ਨਾ ਇਹ ਤਾਂ ਉਤੇ ਇਹਨਾਂ ਨੇ ਇਹਨਾਂ ਨੇ ਕੋ ਪਖੰਡ ਫੜਿਆ ਪੰਜਾਬੀਆਂ ਨੂੰ ਬਦਨਾਮ ਕਰੋ ਮੈਂ ਨਹੀਂ ਕਹਿੰਦਾ ਪੰਜਾਬ 'ਚ ਡਰਗ ਦੀ ਸਮੱਸਿਆ ਨਹੀਂ ਪਰ ਤੁਸੀਂ ਆਪਣੇ ਪਿੰਡ 'ਚ ਵੇਖੋ ਮੋਟਾ ਜਿਹਾ ਹਿਸਾਬ ਲਾ ਲਓ ਕਿੰਨੇ ਹੋਣਗੇ ਬਈ ਚਟੇ ਵਾਲੇ ਇੱਕ ਐਵਰੇਜ ਪਿੰਡ ਲਾ ਲਓ ਜਿਹਦੀ ਬਸੋਂ ਕੋਈ 3000 4000 ਹੈ ਕਿੰਨੇ ਹੋਣਗੇ 5 ਜਾਂ 10 15 ਹੱਲੀ ਕਿਤੇ ਵੀ ਹੋ ਸਕਦੇ ਆ ਉਹ ਕੋਈ ਸੈਂਟਰ ਚ ਤੁਰਿਆ ਫਿਰਦਾ ਕੋਈ ਮਤਲਬ ਜੇਲ੍ਹ ਚ ਚਲੇ ਜਾਂਦਾ ਉਹ ਇਦਾਂ ਕਿਦਾਂ ਜਾਈ ਹੈ ਹੈਨਾ ਕੋਈ ਆਪਾਂ ਇੱਕ ਆંકੜਾ ਲੈ ਕੇ ਚੱਲੀਏ ਕਿ 3000 ਬਸੋਂ ਪਿੱਛੇ ਵੀ ਚਲੋ ਪਿੰਡ ਦੇ ਵਿੱਚ ਤਾਂ ਕੋਈ 15 20 ਹੋ ਸਕਦੇ ਆ ਜੀ ਹੁਣ ਆ ਜਿਹੜਾ ਤਾਂ ਆ ਤਾਂ ਕੰਮ ਹੀ ਇਹਨਾਂ ਦਾ ਗਾਂ ਦਾ ਅੱਛਾ ਇੱਕ ਹੀ ਕਰ ਰਹੇ ਨੇ ਪੰਜਾਬ ਪੰਜਾਬੀ ਭੋਲੇ ਆ ਸਾਡੇ ਸਿਆਸਤਦਾਨ ਇਹਨੇ ਤੁਹਾਨੂੰ ਪਤਾ ਉਹ ਡੂੰਗੇ ਜਾਂਦੇ ਹੀ ਨਹੀਂ ਹੈ ਲੋੜ ਹੀ ਨਹੀਂ ਉਹਨਾਂ ਨੂੰ ਅੱਛਾ ਅਸਲ 'ਚ ਕੀ ਹੈ ਕਿ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੁੰਬਈ ਦੀ ਵੀ ਸਮੱਸਿਆ ਦਿੱਲੀ ਦੀ ਵੀ ਸਮੱਸਿਆ ਗੋਆ ਦੀ ਸਮੱਸਿਆ ਸਮੱਸਿਆ ਹੀ ਸਮੱਸਿਆ ਹਰਿਆਣੇ ਦੀ ਸਮੱਸਿਆ ਅੱਛਾ ਇਸ ਹਿਸਾਬ ਨਾਲ ਤੇ ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦੱਸ ਦੇਣਾ ਇਹ ਜਿਹੜੇ ਓਪੀਆਡ ਵਾਲੇ ਦੱਸਦੇ ਆ ਜਾਂ ਜਿਹੜੀ ਇਹ ਅੰਕੜੇ ਦੱਸਦੇ ਆ ਇਹਦੇ 'ਚ 43 ਲੱਖ ਤੇ ਹਰਿਆਣੇ ਵਾਲੇ ਵੀ ਆ ਫਿਰ ਤੇ ਫਿਰ ਉੱਥੇ ਹੁੱਕਾ ਤਾਂ ਤੁਹਾਨੂੰ ਪਤਾ ਹੀ ਆ 43 ਲੱਖ ਤੇ ਹਰਿਆਣੇ ਵਾਲੇ ਵੀ ਹਰਿਆਣੀਆਂ ਨੂੰ ਵੀ ਇਹੇ ਦੇ ਰਹੇ ਨੇ ਤੋ ਕਹਿਣ ਦਾ ਭਾਵੇਂ ਆ ਜਿਹੜੀ ਗੱਲ ਆਪਾਂ ਕਰ ਰਹੇ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਦਾਂ ਬੋਲ ਕੇ ਪੰਜਾਬ ਨੂੰ ੳੜਦਾ ਪੰਜਾਬ ਉੱਜੜਦਾ ਪੰਜਾਬ ਤੇ ਫਲਾਣਾ ਫਲਾਣਾ ਅਸਲ 'ਚ ਜਿਹੜੀ ਉਹ ਕਹਿ ਲਓ ਕਿ ਓਵਰਆਲ ਸਮੱਸਿਆ ਹੈ ਕਈ ਰਾਜਾਂ ਦੇ ਵਿੱਚ ਸਮੱਸਿਆ ਹੈ ਉਹਨੂੰ ਟੱਕ ਦਿੱਤਾ ਜਾਂਦਾ ਕਿ ਨਹੀਂ 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 ਪੰਜਾਬ ਵਿੱਚ ਜ਼ਿਆਦਾ ਸਮੱਸਿਆ ਹੈ ਸਮੱਸਿਆ ਹੈ ਅਸੀਂ ਮੰਨਦੇ ਆ ਸਮੱਸਿਆ ਬਣਾਈ ਗਈ ਹੈ ਇਹ ਵੀ ਮੰਨਦੇ ਆ ਤੇ ਉਸ ਸਮੱਸਿਆ ਤੇ ਤੁਸੀਂ ਰਾਜਨੀਤੀ ਕਿਦਾਂ ਕਰਦੇ ਹੋ ਉਹ ਵੀ ਅਸੀਂ ਸਮਝਦੇ ਜੀ 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 ਬਿਲਕੁਲ ਜੀ ਇਧਰ ਉਹ ਡਾਕਟਰ ਕੁਲਾਰ ਜੀ ਨੇ ਇਹ ਕਹਿੰਦੇ ਕਿ ਵੀ ਸਾਰੇ ਅੰਕੜਾ ਨੂੰ ਇੱਕ ਪਾਸੇ ਰੱਖ ਦਿਓ ਕਹਿੰਦੇ ਪਿਛਲੇ 2 ਮਹੀਨੇ ਚ ਇਹ ਦੱਸ ਦਿਓ ਬਾਈ ਜਿਹੜੇ ਕਿਸੇ ਦਿਨ ਓਵਰਡੋਸ ਕਰਕੇ ਮੌਤ ਨਹੀਂ ਹੋਈ ਕਹਿੰਦੇ ਵੀ ਕੋਈ ਇੱਕ ਦਿਨ ਦੱਸ ਦਿਓ ਓਵਰਡੋਸ ਤਾਂ ਦੇਖੋ ਗੱਲ ਇਹ ਆ ਹਾਂਜੀ ਓਵਰਡੋਸ ਦਾ ਕੀ ਹੈ ਸਰ 13000 ਪਿੰਡ ਹੈ ਤੇ ਆਪਾਂ ਐਵਰੇਜ ਕੱਢੀ ਹੈ ਮੋਟੀ ਜੀ ਜਿੰਨੇ ਕੋਣ ਆਪਾਂ ਵੀ ਪਿੰਡਾਂ ਵਾਲੇ ਆ ਅਸੀਂ ਕੋਈ ਹੋਵੇ ਤਾਂ ਹੈ ਨਹੀਂਗਾ ਕਿ ਬੰਗਲੌਰ ਰਹਿੰਦੇ ਆ ਪਿੰਡਾਂ ਵਾਲੇ ਆ ਜੀ ਆਮ ਪਿੰਡ ਚ 5 10 15 ਆਹੀ ਆ ਨਾ ਕਿਤੇ ਜਿਆਦਾ ਵੱਡੇ ਪਿੰਡ ਚ ਕਿਤੇ ਜ਼ਿਆਦਾ ਵੀ ਹੋਣਗੇ ਚਲੋ ਕੋਈ 25 30 ਏਦੋਂ ਵੱਧ ਹਾਂਜੀ ਉਹ ਹੈਗੇ ਆ ਨਾ ਹੁਣ ਟੋਟਲ ਲਾ ਲੋ ਫਿਰ ਕਿੰਨੇ ਆ ਜਦ ਟੋਟਲ ਤਦਾਦ ਤੁਹਾਡੀ ਜਿਹੜੀ ਉਹ ਇੰਨੀ ਬਣ ਜਾਏਗੀ ਤਾਂ ਫਿਰ ਡੇਲੀ ਹੁਣ ਕਿਉਂਕਿ ਸਾਰਿਆਂ ਨੇ ਨਸ਼ਾ ਲੈਣਾ ਕਿ ਜ਼ਹਿਰ ਲੈਣਾ ਡੇਲੀ ਉਹ ਜ਼ਹਿਰ ਲੈਣਾ ਹੁਣ ਜ਼ਹਿਰ ਜੇ ਪਿੱਛੋਂ ਉਹ ਜਾ ਆ ਗਿਆ ਉਹ ਕਿਹੜਾ ਉੱਥੇ ਮਿਣਕੇ ਉਹਨਾਂ ਨੇ ਪਾਉਣਾ ਉਹਦੇ ਚ ਆਨੰਦਗੜ੍ਹ ਤੇ ਜਗਾੜੂ ਫੈਕਟਰੀਆਂ ਨੇ ਨਾ ਹਾਂਜੀ ਜੇ ਕੋਈ ਕੈਮੀਕਲ ਆ ਗਿਆ ਤੇ ਉਹ ਉਹ ਹੁਣ ਲਿਆ ਲੱਖ ਹੈ 2 ਲੱਖ ਹੈ ਵੈਸੇ ਇੰਜੈਕਟ ਕਰਨ ਵਾਲੀ ਵੀ ਗਿਣਤੀ ਮੈਂ ਤੁਹਾਨੂੰ ਕੱਢ ਕੇ ਦੇ ਦੂੰਗਾ ਜੀ ਜਿਹੜੀ ਡਾਕਟਰ ਅਨੁਰੁੱਧ ਕਾਲਾ ਜੀ ਨੇ ਦਰਜ ਕੀਤੀ ਹੈ ਸ਼ਾਇਦ ਕੋਈ ਕੁਝ ਹਜ਼ਾਰ ਹੈ ਤਾਂ ਜਿਹੜੇ ਉਹ ਕੁਝ ਹਜ਼ਾਰ ਨੇ ਉਹਨਾਂ ਲੱਖਾਂ ਚ ਇੰਜੈਕਟ ਕਰਨ ਵਾਲੇ ਆ ਉਹਨਾਂ ਦੇ ਵਿੱਚੋਂ ਲਾ ਲਓ ਕਿ ਕੋਈ ਇੱਕ ਦੋ ਬੰਦੇ ਫਿਰ ਮਰ ਵੀ ਜਾਂਦੇ ਜੀ ਜਿਹੜੇ ਆਪਾਂ ਖਬਰਾਂ 'ਚ ਪੜਦੇ ਆ ਤਾਂ ਆਹੀ ਹੈ ਨਾ ਓਵਰਆਲ ਤੇ ਅਸੀਂ ਤੱਕ ਕਹਿ ਰਹੇ ਹਾਂ ਕਿ ਸਮੱਸਿਆ ਹੈ ਪਰ ਇਸ ਸਮੱਸਿਆ ਤੇ ਜਿਹੜੀ ਇਹ ਸਿਆਸਤ ਹੈ ਨਾ ਇਹ ਨਹੀਂ ਹੋਣੀ ਚਾਹੀਦੀ ਇਹਦਾ ਇਲਾਜ ਹੋਣਾ ਚਾਹੀਦਾ ਜੀ 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 ਤੇ ਇਹਦੇ ਨਾਲ ਹੀ ਜਿੱਦਾਂ ਇਹ ਮੁੱਦਾ ਚੱਲਦਾ ਮਿੰਟੂ ਜੀ ਫਿਰ ਉਹ ਕੰਮ ਦੂਜਾ ਸ਼ੁਰੂ ਹੋ ਜਾਂਦਾ ਕਿ ਨੇ ਰਾਜਸਥਾਨ ਦੀ ਤਰਕ ਦੇ ਤਰਜ਼ ਦੇ ਉੱਤੇ ਭਈ ਸਾਡੇਲੇ ਪਾਸੇ ਵੀ ਕੰਮ ਖੋਲਦੇ ਫਿਰ ਉਹ ਕਹਿੰਦੇ ਕਿ ਭਾਈ ਮੈਂ ਜਿਹੜਾ ਫੇਮ ਤੇ ਭੁਕੀ ਦਾ ਭੁਕੀ ਦਾ ਉਹ ਮੈਨੂੰ ਲੱਗਦਾ ਕਿ ਉਹ ਹੁਣ ਆਪਣੇ ਪੰਜਾਬ 'ਚ ਚਰਚਾ ਚੱਲ ਜਾਏਗੀ ਕਿਉਂਕਿ ਡਾਕਟਰ ਬਲਬੀਰ ਸਿੰਘ ਇਸ ਮਾਮਲੇ 'ਚ ਥੋੜਾ ਸੌਫਟ ਰੱਖਦੇ ਨੇ ਢਾਲੀਵਾਲ ਸਾਹਿਬ ਵੀ ਬੋਲੇ ਸੀਗੇ ਹਾਂਜੀ ਇਹ ਹੁਣ ਚਰਚਾ ਚ ਚਲਾ ਦੇਣਗੇ ਜੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਖੁੱਲ ਵਗੈਰਾ ਕੋਈ ਮਾੜੀ-ਮੋਟੀ ਮੇਲ ਵੀ ਜਾਵੇ ਹਾਂਜੀ ਹਾਂਜੀ ਕਿਉਂਕਿ ਇੰਡੀਆ ਥੋੜਾ ਲਿਬਰਲ ਹੋਏਗਾ ਨਾ ਕਿਉਂਕਿ ਇਹਨਾਂ ਨੇ ਵਰਬਲੀ ਤਾਂ ਹੁਣ ਆਰਡਰ ਕਰ ਦਿੱਤੇ ਆ ਤੁਹਾਨੂੰ ਮੈਂ ਦੱਸ ਦੇਵਾਂ ਹਾਲੇ ਲਿਖਤ 'ਚ ਨਹੀਂ ਆਏ ਕਿ ਜਿਹੜਾ ਵਿਕਟਮ ਹੈ ਜਿਹੜਾ ਮਤਲਬ ਕਿ ਖਾਣ ਪੀਣ ਵਾਲਾ ਹੈ ਉਹਦੇ ਤੇ ਕੇਸ ਦਰਜ ਕਰੋ ਹੀ ਨਾ ਜੀ ਮਤਲਬ ਕਿ ਇੱਕ ਤੈਹ ਕੁਆਂਟੀਟੀ ਦੇ ਵਿੱਚ ਜੇ ਉਹਦੇ ਕੋਲ ਹੈਗਾ ਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਲੀਗਲਾਈਜ਼ ਕਰ ਰਹੇ ਨੇ ਲੀਗਲਾਈਜ਼ ਕਰ ਰਹੇ ਨੇ ਜੀ ਤਾਂ ਫਿਰ ਹੋ ਸਕਦਾ ਕੱਲ ਨੂੰ ਜਿਵੇਂ ਹੁਣ ਆ ਚੀਜ਼ਾਂ ਰੈਗਲਾਈਜ਼ ਕਰਨਗੇ ਥੋੜੀਆਂ-ਇਆਂ ਚੀਜ਼ਾਂ ਥੋੜੀ ਕੋਨੂਨੀ ਖੋਲ ਦੇਣਗੇ ਤਾਂ ਹੋ ਸਕਦਾ ਕੱਲ ਨੂੰ ਇਧਰ ਵੀ ਕਹਿੰਦੇ ਕਿ ਹਾਂ ਭਾਈ ਕੁਝ ਖਾਸ ਇਲਾਕਿਆਂ 'ਚ ਜਿੱਥੇ ਜਾਂ ਜ਼ਿਲ੍ਹਿਆਂ 'ਚ ਮਾਰ ਜ਼ਿਆਦਾ ਹੈ ਉੱਥੇ ਥੋੜੇ-ਬੋਤੇ ਕਰਦੇ ਹੋ ਭਾਈ ਜੀ 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 ਇਧਰੋਂ ਵਾਈਪਰ ਜੇ ਕਰ ਰਹੇ ਜੀ ਪੋਲਿਟਿਸ਼ੀਅਨਸ ਤਾਂ ਆਪ ਡੰਗਟ ਪਾ ਰਹੇ ਮਿੰਟੂ ਜੀ ਤੇ ਇਹ ਥੋੜੇ ਜਿਹੀ ਇਨਫੋਰਮੇਸ਼ਨ ਨਹੀਂ ਰੱਖਦੇ ਜੀ ਇਹਨਾਂ ਕੋਲ ਜੀ ਕਹਿੰਦੇ ਕਿ ਇਨਫੋਰਮੇਸ਼ਨ ਤਾਂ ਬੰਦੇ ਕੋਲੇ ਪਈ ਇੰਡੀਆ ਦੇ ਲੈਣ ਸਾਰੀ ਅਸੀਂ ਤਾਂ ਅਸਲ ਕਰਦੇ ਆ ਇਹਨਾਂ ਦੇ ਤਾਂ ਕੋਲ ਹੈ ਨਾ ਹਾਂਜੀ ਪਰ ਜੇ ਹੁਣ ਦਿਮਾਗ ਲਾਉਣਾ ਹੀ ਦੂਜੇ ਪਾਸੇ ਆ ਕਿ ਅੱਜ ਮੈਂ ਕਿਹਦੇ ਜਾ ਕੇ ਤਫੀਤਾ ਕੱਟਣਾ ਸਵੇਰੇ ਉੱਠ ਕੇ ਪੀਏ ਨੂੰ ਕਿਹਾ ਖੋਲ ਕਿਤਾਬ ਓਏ ਅਜ ਬੋਲ ਕਿਦੇ ਭੋਗ ਗਿਆ ਉਥੇ ਨਿਗਾ ਤੇ ਤੁਹਾਡੀ ਉਹ ਹੈ ਵੀ ਮੁੱਛਾਂ ਨੂੰ ਤਾ ਦੇ ਲੈ ਤੇ ਜਾ ਕੇ ਉਥੇ ਲਾਤੇ ਲੱਤ ਰੱਖ ਕੇ ਫੋਟੋਆਂ ਖਿਚਾਣੀਆਂ ਨੇ ਤੇ ਫਿਰ ਸਟੱਡੀ ਤੁਸੀਂ ਸਿਰ ਜਾਂਦਿਆਂ ਦੀ ਕਰਨੀ ਆ ਜੀ ਇਹ ਇਹਦੇ ਲਈ ਰੁਚੀ ਚਾਹੀਦੀ ਹੈ ਇਹਦੇ ਲਈ ਸਮਾਂ ਚਾਹੀਦਾ ਸਾਰਾ ਕੁਝ ਕੋਲ ਹੁੰਦਾ ਹੈ ਐਸਾ ਨਹੀਂ ਹੈ ਜੀ 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 ਤੇ ਬਾਕੀ ਤੁਹਾਡੀ ਟੀਮ ਤੇ ਵੀ ਡਿਪੈਂਡ ਕਰਦਾ ਜੇ ਵਿੱਚ ਉਹ ਚਾਰ ਬੰਦੇ ਤੁਸੀਂ ਵਧੀਆ ਰੱਖੋਗੇ ਤਾਂ ਹੋ ਸਕਦਾ ਤੁਹਾਨੂੰ ਅੰਕੜੇ ਫਟਾਫਟ ਦੇ ਦੇਣ ਕਿਆ ਲਓ ਜੀ ਚੱਲ ਬਿਲਕੁਲ ਹੈ ਇਹ ਵੀ ਇਹ ਫਰਕ ਹੈ ਜੀ 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 ਤੇ ਇਹਦੇ ਨਾਲ ਹੀ ਬਈ ਹਾਂ ਕੋਈ ਗੱਲ ਨਹੀਂ ਆਪਾਂ ਇਧਰੋਂ ਬ੍ਰੇਕਾ ਮਾਰ ਲੈਣੇ ਹੈਗੇ ਮਲੂਕ ਸਿੰਘ ਜੀ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਤੁਸੀਂ ਹੁਣ ਚਲੋ ਲਿਖ ਰਹੇ ਹੋ ਕਿ ਅੱਜਕੱਲ ਫਲਾਨੀ ਗੋਲੀ ਢੋਲ ਕੇ ਲਿਖ ਲਾਉਂਦੇ ਆ ਜਾਂ ਉਲਾਉਂਦੇ ਆ ਇਹ ਨਾਮ ਮੇਰੇ ਖਿਆਲ ਨਾਲ ਆਪਾਂ ਹੋਰ ਨਾਮ ਲਈਏ ਤਾਂ ਬਿਹਤਰ ਰਹੇਗਾ ਤੇ ਇਹਦੇ ਨਾਲ ਅੰਕੜਿਆਂ ਦੇ ਨਾਲੋਂ ਨਾਲੋਂ ਵੀ ਵੱਧ ਹੋਣੇ ਜੀ ਕਿਨੇ ਕਿ ਸ਼ਰਾਬ ਪੀਣ ਵਾਲੇ ਅੰਕੜੇ ਤਾਂ ਜੀ ਬਿਲਕੁਲ ਰਜੀਵ ਜੀ ਉਹ ਤਾਂ ਘਰ ਮੈਂ ਤੁਹਾਨੂੰ ਦੱਸਿਆ ਨਾ ਇੱਕ ਹੁੰਦਾ ਯੂਜ਼ਰ ਇੱਕ ਹੁੰਦਾ ਅਲਕੋਹਲਿਕ ਅਲਕੋਹਲਿਕ ਦਾ ਮਤਲਬ ਕੀ ਹੈ ਇੱਕ ਤਾਂ ਯੂਜ਼ਰ ਹੈ ਉਹਨੇ ਵੀਕਐਂਡ ਤੇ ਪੀਣੀ ਆ ਜਾ ਮਹੀਨੇ ਬਾਅਦ ਪੀਣੀ ਆ ਵਿਆਹ ਸ਼ਾਦੀ ਤੇ ਪੀਣੀ ਆ ਠੀਕ ਹੈ ਜੀ ਹੁਣ ਪੀ ਤਾਂ ਉਹ ਵੀ ਰਿਹਾ ਵਜਨਾ ਤਾਂ ਉਹ ਵੀ ਸ਼ਰਾਬੀ ਹੈ ਨਾ ਹਾਂ ਜੀ ਬਟ ਇੱਕ ਬੰਦਾ ਹੈ ਜਿਹੜਾ ਸਵੇਰੇ ਵੀ ਕਹਿੰਦਾ ਮੇਰੇ ਹੱਥ ਕੰਬਦੇ ਤੜਕੇ 5 ਵਜੇ ਠੇਕੇ ਦੇ ਕੋ ਖਲੋਤਾ ਤੇ ਰਾਤ ਤੱਕ ਪੀ ਜਾਂਦਾ ਜਾਂ ਇੱਕ ਉਹ ਵੀ ਹੈ ਜਿਹਨੂੰ ਉਹ ਰਾਤ ਵਾਲੀ ਰੋਟੀ ਨਹੀਂ ਲੰਗਦੀ ਤੇ ਇਹ ਜਿਸਮ ਵੀ ਤਾਂ ਫਿਰ ਦੇਖਣੀਆਂ ਪੈਣਗੀਆਂ ਨਾ ਤੁਹਾਨੂੰ ਹਾਂ ਜੀ ਹਾਂ ਜੀ